ਅੱਜ ਆਪਾਂ ਗੱਲ ਕਰਾਂਗੇ ਟੈਕਨੋਲੋਜੀ ਬਾਰੇ। ਦੋਸਤੋ, ਕਈ ਦੋਸਤਾਂ ਨੇ ਮੈਨੂੰ ਮੈਸੇਜ ਕਰਕੇ ਪੁੱਛਿਆ ਸੀ ਕਿ ਕੋਈ ਇੱਦਾਂ ਦਾ ਰਸਤਾ ਦੱਸੋ ਕਿ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਹੁੰਦਾ ਕੀ ਹੈ ਵੀ ਕਈ ਵਾਰ ਆਪਾਂ ਕਿਸੇ ਨੂੰ ਆਪਣਾ ਫੋਨ ਯੂਜ਼ ਕਰਨ ਲਈ ਦਿੰਦੇ ਹਾਂ, ਜਿਵੇਂ ਕਿਸੇ ਨੂੰ ਮੰਨ ਲਓ ਆਪਾਂ ਕਾਲ ਕਰਨ ਲਈ ਫੋਨ ਦਿੱਤਾ, ਤਾਂ ਹੁੰਦਾ ਕੀ ਆ ਉਹ ਕਾਲ ਕਰਨ ਤੋਂ ਬਾਅਦ ਆਪਣਾ ਫੋਨ ਦੇ ਵਿੱਚ ਛੇੜਛਾੜ ਕਰਨ ਲੱਗ ਜਾਂਦਾ, ਗੈਲਰੀ ਵਗੈਰਾ ਵਟਸਐਪ ਵਗੈਰਾ ਓਪਨ ਕਰਨ ਲੱਗ ਜਾਂਦਾ। ਤਾਂ ਉਹਨਾਂ ਦੋਸਤਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਕੋਈ ਇੱਦਾਂ ਦੀ ਐਪ ਵਗੈਰਾ ਦੱਸੋ ਜਿਹਦੇ ਨਾਲ ਉਹ ਸਿਰਫ ਉਹੀ ਕੰਮ ਯੂਜ਼ ਕਰ ਸਕੇ ਜੋ ਆਪਾਂ ਉਹਨੂੰ ਕਰਨ ਲਈ ਦਿੱਤਾ, ਮਤਲਬ ਕਾਲ ਕਰਨ ਲਈ ਦਿੱਤਾ ਤਾਂ ਉਹ ਸਿਰਫ ਕਾਲ ਹੀ ਕਰ ਸਕੇ, ਆਪਣੇ ਫੋਨ ਦੇ ਵਿੱਚ ਹੋਰ ਕੋਈ ਛੇੜਛਾੜ ਨਾ ਕਰ ਸਕੇ। ਸੋ ਦੋਸਤੋ, ਤੁਹਾਨੂੰ ਇਹਦੇ ਲਈ ਕੋਈ ਐਪ ਦੀ ਲੋੜ ਨਹੀਂ, ਇਹਦੇ ਲਈ ਮੋਬਾਈਲ ਦੇ ਵਿੱਚ ਹੀ ਸੈਟਿੰਗ ਹੈ। ਚਲੋ ਦੱਸਦੇ ਹਾਂ, ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੀ ਸੈਟਿੰਗਸ ਦੇ ਵਿੱਚ ਜਾਣਾ ਗਾ ਜੀ। ਆਹ ਦੇਖੋ, ਸੈਟਿੰਗ ਦੇ ਵਿੱਚ ਚਲੇ ਗਏ, ਉਹਦੇ ਬਾਅਦ 'ਚ ਸਿਕਿਉਰਟੀ ਸੈਟਿੰਗ ਦੇ ਵਿੱਚ ਜਾਣਾ। ਸਿਕਿਉਰਟੀ ਦੇ ਵਿੱਚ ਚਲੇ ਗਏ ਤਾਂ ਇੱਥੇ ਤੁਹਾਨੂੰ ਦੇਖੂਗਾ ਨੀਚੇ ਸਕਰੀਨ ਪਿੰਨਿੰਗ, ਜਾਂ ਤੁਹਾਡੇ 'ਤੇ ਪਿੰਨਿੰਗ ਸਕਰੀਨ ਕੁਛ ਵੀ ਲਿਖਿਆ ਹੋ ਸਕਦਾ, ਇਹਨੂੰ ਔਨ ਕਰ ਲੈਣਾ। ਹੁਣ ਇਹਨੂੰ ਔਨ ਕਰ ਲਿਆ ਜੀ, ਇਹ ਤੋਂ ਬਾਅਦ 'ਚ ਇਹਨੇ ਕੰਮ ਕਿਵੇਂ ਕਰਨਾ, ਚਲੋ ਤੁਹਾਨੂੰ ਦੱਸਦੇ ਹਾਂ। ਔਰ ਦੇਖੋ, ਇੱਦਾਂ ਔਨ ਕਰਨ ਤੋਂ ਬਾਅਦ 'ਚ ਇਹਤੋਂ ਬਾਹਰ ਆ ਜਾਣਾ ਗਾ ਆਪਾਂ। ਬਾਹਰ ਆ ਗਿਆ, ਆਪਾਂ ਕੁਛ ਵੀ ਚਲਾਉਣ ਲਈ ਦੇਣਾ, ਮੰਨ ਲਓ ਆ ਮਿਊਜ਼ਿਕ ਸੁਣਨ ਲਈ ਆਪਾਂ ਕਿਸੇ ਨੂੰ ਆਪਣਾ ਮੋਬਾਈਲ ਦੇਣ ਲੱਗੇ ਹਾਂ। ਦੇਖੋ, ਮੋਬਾਈਲ ਓਪਨ ਕਰ ਲਿਆ ਤਾਂ ਕੀ ਕਰਨਾ, ਥੱਲੋਂ ਮੈਨੂੰ ਖੋਲ੍ਹ ਲੈਣਾ, ਤੁਹਾਡੇ ਮੋਬਾਈਲ ਤੋਂ ਉੱਪਰੋਂ ਵੀ ਖੋਲ੍ਹ ਸਕਦੇ, ਇਹ ਤੋਂ ਬਾਅਦ 'ਚ ਆ ਪਿੰਨ ਵਾਲੀ ਆਪਸ਼ਨ ਆ ਰਹੀ ਹੈ, ਇਹਨੂੰ ਔਨ ਕਰ ਦੇਣਾ। ਆ ਦੇਖੋ, ਪਹਿਲਾਂ ਮੈਸੇਜ ਪੜ੍ਹੋ, ਇੱਥੇ ਲਿਖਿਆ ਵਾ ਜੇ ਤੁਸੀਂ ਇਹਨੂੰ ਡਿਸੇਬਲ ਕਰਨਾ ਤਾਂ ਮੈਨੂ ਅਤੇ ਬੈਕ ਬਟਨ ਇਕੱਠੇ ਪ੍ਰੈਸ ਕਰਨਾ ਤਾਂ ਇਹ ਬੰਦ ਹੋ ਗਈ ਸੈਟਿੰਗ। ਇਹ ਦੋਸਤੋ ਧਿਆਨ ਨਾਲ ਰੱਖਣਾ ਗਾ, ਇਹ ਤੋਂ ਬਾਅਦ 'ਚ ਇਹਨੂੰ ਔਨ ਕਰਤਾ। ਦੇਖੋ, ਹੁਣ ਕੁਛ ਵੀ ਕਰਾਂਗੇ, ਇਹ ਤੋਂ ਬੈਕ ਦੱਬਾਂਗੇ ਕੁਛ ਨਹੀਂ ਹੋਊਗਾ, ਸਿਰਫ ਇਹ ਮਿਊਜ਼ਿਕ ਹੀ ਸੁਣ ਸਕੂਗਾ, ਜਿਹਨੂੰ ਵੀ ਆਪਾਂ ਮੋਬਾਈਲ ਦੇਵਾਂਗੇ। ਆਪਣਾ ਬੈਕ ਜਾਂ ਮੀਨੂ ਵਗੈਰਾ, ਹੋਮ ਬਟਨ, ਕੋਈ ਬਟਨ ਕੰਮ ਨਹੀਂ ਕਰੂਗਾ, ਸਿਰਫ ਉਹੀ ਯੂਜ਼ ਕਰ ਸਕਦਾ ਬੰਦਾ ਜਿਹੜਾ ਆਪਾਂ ਉਹਨੂੰ ਯੂਜ਼ ਕਰਨ ਲਈ ਦਿੱਤਾ ਗਾ। ਸੋ ਦੋਸਤੋ, ਇਹਦੇ ਨਾਲ ਆਪਣਾ ਫੋਨ ਸੇਫ ਰਹੂਗਾ, ਜਿਹੜੇ ਆਪਾਂ ਵਰਕ ਲਈ ਦਿੱਤਾ ਹੈਗਾ ਮੋਬਾਈਲ, ਸਿਰਫ ਉਹੀ ਵਰਕ ਕਰ ਸਕਦਾ। ਹੁਣ ਆਪਾਂ ਇਹਨੂੰ ਬੰਦ ਕਿਵੇਂ ਕਰਨਾ ਇਹ ਦੇਖ ਲਓ। ਸਭ ਤੋਂ ਪਹਿਲਾਂ ਨੀਚੇ ਤੋਂ ਆ ਮੀਨੂ ਇੱਦਾਂ ਨਿਕਲਿਆ ਹੋਣਾ, ਇਹ ਤੋਂ ਬਾਅਦ 'ਚ ਆ ਮੀਨੂ ਅਤੇ ਬਲੈਕ ਰੋਜ਼, ਜਿਹੜੀ ਬੈਕ ਰੋਜ਼, ਸੋਰੀ, ਮੈਨੂੰ ਅਤੇ ਬੈਕ ਰੋਜ਼, ਇਹਨਾਂ ਨੂੰ ਇਕੱਠਿਆਂ ਨੂੰ ਪ੍ਰੈਸ ਕਰਨਾ। ਇਹਨਾਂ ਨੂੰ ਇਕੱਠਿਆਂ ਨੂੰ ਪ੍ਰੈਸ ਕਰਾਂਗੇ ਆਪਾਂ, ਉਹ ਤੋਂ ਬਾਅਦ 'ਚ ਸੈਟਿੰਗ ਆ ਜੂਗੀ। ਤਾਂ ਦੇਖੋ, ਹੁਣ ਇਹ ਡਿਸੇਬਲ ਹੋ ਚੁੱਕੀ ਆ, ਮਤਲਬ ਜਿਹੜੀ ਆਪਾਂ ਪਿੰਡ ਕੀਤੀ ਸੀ ਉਹ ਬੰਦ ਹੋ ਚੁੱਕੀ ਆ। ਹੁਣ ਇਹ ਤੋਂ ਬਾਅਦ 'ਚ ਆਪਾਂ ਬੈਕ ਵਗੈਰਾ, ਹੋਮ ਬਟਨ ਕੋਈ ਵੀ ਯੂਜ਼ ਕਰਾਂਗੇ ਉਹ ਕਰ ਸਕਦੇ ਹਾਂ। ਇਸ ਤਰ੍ਹਾਂ ਹੀ ਦੋਸਤੋ, ਤੁਸੀਂ ਕਿਸੇ ਵੀ ਸੈਟਿੰਗ ਨੂੰ ਇੱਦਾਂ ਹੀ ਬਲੌਕ ਕਰ ਸਕਦੇ ਹੋ, ਠੀਕ ਹੈ ਜੀ। ਵੀ ਆਪਾਂ ਜਿਹਨੂੰ ਵੀ ਮੋਬਾਈਲ ਦੇਵਾਂਗੇ ਉਹਦਾ ਕੋਈ ਹੋਰ ਮਿਸਯੂਜ਼ ਨਹੀਂ ਕਰ ਸਕੂਗਾ, ਜਿਹੜੇ ਕੰਮ ਲਈ ਆਪਾਂ ਦਿੱਤਾ ਸਿਰਫ ਜਿਹੜੀ ਐਪ ਲਈ ਦਿੱਤਾ ਉਹੀ ਯੂਜ਼ ਕਰ ਸਕੂਗਾ। ਇਹਦਾ ਕੀ ਫਾਇਦਾ ਹੁੰਦਾ, ਜਿਵੇਂ ਆਪਾਂ ਬੱਚਿਆਂ ਨੂੰ ਨੈੱਟ ਵਗੈਰਾ ਦੀ ਅੱਜ ਕੱਲ੍ਹ ਜ਼ਰੂਰਤ ਪੈਂਦੀ ਆ, ਤਾਂ ਉਹਨਾਂ ਨੂੰ ਆਪਾਂ ਮੋਬਾਈਲ ਨੈੱਟ ਚਲਾਉਣ ਨੂੰ ਦਿੱਤਾ ਤਾਂ ਸਿਰਫ ਨੈੱਟ ਹੀ ਚਲਾ ਸਕਣਗੇ, ਕੋਈ ਹੋਰ ਮੋਬਾਈਲ ਨਾਲ ਛੇੜਖਾਨੀ ਨਹੀਂ ਕਰ ਸਕਣਗੇ। ਸੋ ਦੋਸਤੋ, ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਦੀ ਐਪ ਆ, ਮੈਨੂੰ ਲੱਗਦਾ ਵੀ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਊਗੀ। ਅਤੇ ਯੂਜ਼ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਚਲਾ ਕੇ ਦੇਖ ਲਓ, ਸਾਰੀਆਂ ਸੈਟਿੰਗਾਂ ਵਗੈਰਾ ਧਿਆਨ ਨਾਲ ਰੱਖਣੀਆਂ ਨੇ ਜੀ, ਠੀਕ ਹੈ ਜੀ। ਇੱਦਾਂ ਅਨਪਿੰਡ ਹੋ ਜਾਂਦੀ ਹੈ ਸਕਰੀਨ ਬਾਅਦ 'ਚ। ਸੋ ਦੋਸਤੋ, ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਅਤੇ ਤੁਹਾਡੇ ਕੰਮ ਦੀ ਹੋਊਗੀ। ਸੋ ਦੋਸਤੋ, ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਲਾਈਕ ਅਤੇ ਕਮੈਂਟ ਜ਼ਰੂਰ ਕਰੋ। ਥੈਂਕ ਯੂ, ਧੰਨਵਾਦ ਜੀ।